ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੋਨ ਪ੍ਰੀਤਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 23 ਮਾਰਚ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸ਼ਨਸ ਹਰ ਇੱਕ ਕੁਐਸ਼ਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਲੈ ਸਕਦੇ ਨੇ Telegram channel ਦਾ link ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ description box ਦੇ ਵਿੱਚ ਦਿੱਤਾ ਹੋਇਆ ਏ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਜਿਹੜੇ ਮਿਸਿੰਗ ਡੇ ਸੀ 21 22 ਤੇ 23 ਮਾਰਚ ਉਹ ਮੈਂ ਕੰਪਲੀਟ ਕਰਵਾ ਦਿੱਤੇ ਆ ਠੀਕ ਹੈ 22 ਤੇ ਸਾਡੀ 22 ਮਾਰਚ ਦੀ ਵੀਡੀਓ ਰਹਿ ਗਈ ਸੀ ਇਹ ਵੀ ਤੁਹਾਡੇ ਲਈ ਅੱਜ ਅਪਲੋਡ ਕਰ ਦਿੱਤੀ ਜਾਵੇਗੀ ਇਸ ਦੇ ਨਾਲ ਸਾਡਾ ਇੱਕ ਵੀ ਡੇ ਆ ਜਿਹੜਾ ਕਰੰਟ ਅਫੇਅਰ ਦਾ ਮਿਸ ਨਹੀਂ ਹੋਇਆ ਠੀਕ ਹੈ ਹਰੇਕ ਕੁਸ਼ਨ ਨੂੰ ਪੂਰੇ ਧਿਆਨ ਦੇ ਨਾਲ ਕਰਿਆ ਕਰੋ ਕਿਉਂਕਿ ਕਰੰਟ ਅਫੇਅਰ ਤੁਹਾਡੇ ਲਈ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਨੂੰ ਵੀ ਪਤਾ ਹੈ ਤੁਸੀਂ ਕਿਸੇ ਵੀ ਐਗਜ਼ਾਮ ਦਾ ਸਿਲੇਬਸ ਉਠਾ ਕੇ ਦੇਖ ਸਕਦੇ ਹੋ ਕਰੰਟ ਅਫੇਅਰ ਹਰੇਕ ਐਗਜ਼ਾਮ ਦੇ ਵਿੱਚ ਸੈਂਟਰ ਲੈਵਲ ਦੀ ਹੀ ਪੁੱਛੀ ਜਾਂਦੀ ਹੈ ਤੇ ਅਸੀਂ ਜੋ ਕਰੰਟ ਅਫੇਅਰ ਕਰ ਰਹੇ ਹਾਂ ਇਹ ਸੈਂਟਰ ਲੈਵਲ ਦੀ ਹੈ ਇਸ ਕਰਕੇ ਕਰੰਟ ਅਫੇਅਰ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਾਂਜੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਕਿਹੜੀ IIT ਨੇ ਅਲਟਰਾ ਸਾਊਂਡ ਚਿੱਤਰ ਪ੍ਰਦਾਨ ਕਰਨ ਲਈ ਇੱਕ ਨਵੀਂ ਤਕਨੀਕ ਵਿਕਸਿਤ ਕੀਤੀ ਹਾਂਜੀ ਆਈਆਈਟੀ ਮਦਰਾਸ ਨੇ ਅਲਟਰਾਸਾਉਂਡ ਚਿੱਤਰ ਪ੍ਰਦਾਨ ਕਰਨ ਦੇ ਲਈ ਇੱਕ ਨਵੀਂ ਤਕਨੀਕ ਸ਼ੁਰੂ ਕੀਤੀ ਆ ਵਿਕਸਿਤ ਕੀਤੀ ਆ ਅਲਟਰਾਸਾਉਂਡ ਦੀ ਇਮੇਜ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਇਹ ਜਿਹੜੀ ਤਕਨੀਕ ਆ ਆਈਆਈਟੀ ਮਦਰਾਸ ਨੇ ਵਿਕਸਿਤ ਕੀਤੀ ਆ ਨੈਕਸਟ ਕੁਐਸ਼ਨ ਕਰਦੇ ਆ ਜੀ ਅਸੀਂ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ IFR Asia Awards 2021 ਵਿੱਚ ਕਿਸ ਬੈਂਕ ਨੂੰ Asian Bank of the Year ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਤਾਂ ਇਸ ਕੁਸ਼ਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਐਕਸੈਸ ਬੈਂਕ IFR Asia Awards 2021 ਵਿੱਚ ਐਕਸੈਸ ਬੈਂਕ ਨੂੰ Asian of Bank of the Year ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਉਨ ਐਕਸੈਸ ਬੈਂਕ ਨੂੰ ਕੀਤਾ ਗਿਆ ਤਾਂ ਐਕਸੈਸ ਬੈਂਕ ਦੀ ਸਥਾਪਨਾ ਕਦੋਂ ਹੋਈ ਸੀ 1993 ਦੇ ਵਿੱਚ ਇਹਦਾ ਹੈੱਡ ਕੁਆਰਟਰ ਕਿੱਥੇ ਆ ਮੁੰਬਈ ਦੇ ਵਿੱਚ ਐਟ ਪ੍ਰੈਜ਼ੈਂਟ ਇਹਦੇ ਸੀਈਓ ਕੌਣ ਨੇ ਅਮਿਤਾਬ ਚੌਧਰੀ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਂ ਜੀ ਨੈਕਸਟ ਕੁਐਸ਼ਨ ਹੈ ਸੀਆਰਪੀਐਫ ਜਾਨੀ ਕਿ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਦਾ 83ਵਾਂ ਸਥਾਪਨਾ ਦਿਵਸ ਕਦੋਂ ਮਨਾਇਆ ਗਿਆ ਹਾਂਜੀ CRPF ਦਾ 83ਵਾਂ ਸਥਾਪਨਾ ਦਿਵਸ ਮਨਾਇਆ ਗਿਆ ਕਦੋਂ ਮਨਾਇਆ ਗਿਆ 19 ਮਾਰਚ ਨੂੰ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਠੀਕ ਹੈ 19 ਮਾਰਚ ਨੂੰ CRPF ਦਾ 83ਵਾਂ ਸਥਾਪਨਾ ਦਿਵਸ ਮਨਾਇਆ ਗਿਆ ਇਹ ਤੁਸੀਂ ਯਾਦ ਰੱਖਣਾ ਹੁਣ ਅਸੀਂ CRPF ਦੀ ਗੱਲ ਕਰ ਰਹੇ ਹਾਂ ਜਾਨੀ ਕਿ ਸੈਂਟਰਲ ਰਿਜ਼ਰਵ ਰਿਜ਼ਰਵ ਪੁਲਿਸ ਫੋਰਸ ਇਹਦੀ ਸਥਾਪਨਾ ਕਦੋਂ ਹੋਈ 1939 ਦੇ ਵਿੱਚ ਇਹਦਾ ਹੈੱਡਕੁਆਰਟਰ ਕਿੱਥੇ ਹੈ ਨਵੀਂ ਦਿੱਲੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਹਦੇ ਡਾਇਰੈਕਟਰ ਜਨਰਲ ਕੌਣ ਨੇ ਕੁਲਦੀਪ ਸਿੰਘ ਠੀਕ ਹੈ ਹਾਂਜੀ ਹੁਣ ਅਸੀਂ ਮਾਰਚ ਦੇ ਡੇ ਦੀ ਗੱਲ ਕੀਤੀ ਆ ਮਾਰਚ ਦੇ ਜਿੰਨੇ ਵੀ ਇੰਪੋਰਟੈਂਟ ਡੇ ਆ ਸੀ ਬਿਲਕੁਲ ਰਿਵਾਈਜ਼ ਕਰ ਲੈਣੇ ਆ ਸੀਕੁਐਂਸ ਵਾਈਜ਼ ਜਿਸ ਤਰ੍ਹਾਂ ਮੈਂ ਤੁਹਾਨੂੰ ਕੱਲ ਹੀ ਕਰਵਾਇਆ ਸੀਗਾ ਅਸੀਂ ਕਰੰਟ ਅਫੇਅਰ ਥੋੜੀ ਪਿਛਲੇ ਡੇ ਦੀ ਕਰ ਰਹੇ ਆ ਤਾਂ 22 ਵਾਲਾ ਵੀ ਦੇਖ ਲੈਣੇ ਆ ਸੀ 22 ਮਾਰਚ ਨੂੰ ਵਿਸ਼ਵ ਜਲ ਦੇਵਸ ਮਨਾਇਆ ਗਿਆ 21 ਮਾਰਚ ਨੂੰ ਅੰਤਰਰਾਸ਼ਟਰੀ ਜੰਗਲਾਤ ਦਿਵਸ ਮਨਾਇਆ ਗਿਆ 20 ਮਾਰਚ ਨੂੰ ਅੰਤਰਰਾਸ਼ਟਰੀ ਖੁਸ਼ੀ ਦਿਵਸ ਮਨਾਇਆ ਗਿਆ 15 ਮਾਰਚ ਨੂੰ ਵਿਸ਼ਵ ਉਪਭੋਗਤਾ ਦਿਵਸ ਮਨਾਇਆ ਗਿਆ 14 ਮਾਰਚ ਨੂੰ ਪਾਈ ਦਿਵਸ ਮਨਾਇਆ ਗਿਆ 10 ਮਾਰਚ ਨੂੰ CISF ਦਾ ਸਥਾਪਨਾ ਦਿਵਸ ਮਨਾਇਆ ਗਿਆ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ 7 ਮਾਰਚ ਨੂੰ ਜਨ ਅਸ਼ੁੱਧੀ ਦਿਵਸ ਮਨਾਇਆ ਗਿਆ 4 ਮਾਰਚ ਨੂੰ ਰਾਸ਼ਟਰੀ ਸੁਰੱਖਿਆ ਦਿਵਸ ਮਨਾਇਆ ਗਿਆ 3 ਮਾਰਚ ਨੂੰ ਵਿਸ਼ਵ ਜੰਗਲੀ ਜੀਵ ਦਿਵਸ ਮਨਾਇਆ ਗਿਆ 2 ਮਾਰਚ ਨੂੰ ਸਿਵਲ ਅਕਾਊਂਟ ਡੇ ਮਨਾਇਆ ਗਿਆ 1 ਮਾਰਚ ਨੂੰ ਵਿਸ਼ਵ ਨਾਗਰਿਕਤਾ ਦਿਵਸ ਮਨਾਇਆ ਗਿਆ ਇਹ ਤੁਸੀਂ ਯਾਦ ਰੱਖਣੇ ਮਾਰਚ ਦੇ ਇੰਪੋਰਟੈਂਟ ਡੇ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਭਾਰਤ ਦਾ ਦੌਰਾ ਕੀਤਾ ਹੈ ਹਾਂਜੀ ਜਾਪਾਨ ਦੇ ਪ੍ਰਧਾਨ ਮੰਤਰੀ ਆ ਫੋਮਿਓ ਕੈਸੀਦਾ ਤੇ ਇਹਨਾਂ ਨੇ ਇੰਡੀਆ ਦਾ ਦੌਰਾ ਕੀਤਾ ਵਾ ਆਪਸ਼ਨ ਨੰਬਰ A ਇਸ ਕੁਐਸ਼ਨ ਦਾ ਰਾਈਟ ਆਨਸਰ ਹੁਣ ਅਸੀਂ ਗੱਲ ਕਰ ਰਹੇ ਹਾਂ ਜਾਪਾਨ ਦੀ ਜਾਪਾਨ ਦੀ ਕੈਪੀਟਲ ਕੀ ਹੈ ਟੋਕਿਓ ਇੱਥੋਂ ਦੀ ਕਰੰਸੀ ਕੀ ਹੈ ਯੇਨ ਇੱਥੋਂ ਦੇ ਪ੍ਰਾਈਮ ਮਿਨਿਸਟਰ ਕੌਣ ਨੇ ਫੂਮਿਓ ਕੈਸੀ ਦਾ ਤੇ ਹੀ ਇੰਡੀਆ ਤੇ ਇੰਡੀਆ ਆਇਆ ਹੁਣ ਹੈਨ ਲਈ ਪਾਸਪੋਰਟ ਇੰਡੈਕਸ ਦੇ ਵਿੱਚ ਜਾਪਾਨ ਟੌਪ ਤੇ ਰਿਹਾ ਜਵਾਲਾਮੁਖੀ ਜਵਾਲਾਮੁਖੀ ਵਿਸਫੋਟ ਦੇ ਨਾਲ ਇੱਕ ਨਵਾਂ ਦੀਪ ਬਣਾਇਆ ਜਾਪਾਨ ਦੇ ਵਿੱਚ ਮਾਉਂਟ ਐਸੋ ਜਵਾਲਾਮੁਖੀ ਦੇ ਵਿੱਚ ਵਿਸਫੋਟ ਹੋਇਆ ਇਹ ਵੀ ਜਾਪਾਨ ਦੇ ਵਿੱਚ ਦੁਨੀਆ ਦਾ ਪਹਿਲਾ ਡੂਲ ਮੋਡ ਵਾਹਨ ਜਾਪਾਨ ਨੇ ਲਾਂਚ ਕੀਤਾ ਇਹ ਵਾਹਨ ਰੇਲਵੇ ਦੀਆਂ ਪਟੜੀਆਂ ਤੇ ਵੀ ਚੱਲ ਸਕਦਾ ਵਾ ਅਤੇ ਰੋਡ ਤੇ ਵੀ ਚੱਲ ਸਕਦਾ ਨੈਕਸਟ ਕੁਐਸਚਨ ਕਰਦੇ ਆ ਜੀ ਅਸੀਂ ਕਿਹੜਾ ਦੇਸ਼ ਮਹਾਦੀਪੀ ਯੂਰਪ ਸਮਕਾਲੀ ਖੇਤਰ ਵਿੱਚ ਸ਼ਾਮਿਲ ਕੀਤਾ ਗਿਆ ਹੈ ਹਾਂਜੀ ਯੂਕਰੇਨ ਦੇਸ਼ ਮਹਾਦੀਪੀ ਯੂਰਪੀਅਨ ਸਮਕਾਲੀ ਖੇਤਰ ਦੇ ਵਿੱਚ ਸ਼ਾਮਿਲ ਕੀਤਾ ਗਿਆ ਯੂਕਰੇਨ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਉਹਨਾਂ ਇਸ ਨੂੰ ਸ਼ਾਮਿਲ ਕਰਨ ਦਾ ਮਤਲਬ ਕੀ ਹੈ ਇਸ ਨਾਲ ਕੀ ਹੋਵੇਗਾ ਕਿ ਯੂਕਰੇਨ ਨੂੰ ਰੂਸ ਤੋਂ ਆਪਦਾ ਪਾਵਰ ਸਿਸਟਮ ਅਲੱਗ ਕਰਨ ਦੀ ਪਰਮਿਸ਼ਨ ਮਿਲ ਜਾਵੇਗੀ ਠੀਕ ਹੈ ਹੁਣ ਯੂਕਰੇਨ ਨੂੰ ਮਿਲ ਜਾਵੇਗੀ ਯੂਕਰੇਨ ਨੂੰ ਸ਼ਾਮਿਲ ਕੀਤਾ ਗਿਆ ਤਾਂ ਯੂਕਰੇਨ ਦੀ ਕੈਪੀਟਲ ਕੀ ਹੈ ਕੇਵ ਇਥੋਂ ਦੀ ਕਰੰਸੀ ਕੀ ਹੈ ਯੂਕਰੇਨੀ ਯੂਕਰੇਨੀਅਨ ਹਰਵੇਨੀਆ ਇਥੋਂ ਦੇ ਪ੍ਰੈਜ਼ੀਡੈਂਟ ਕੌਣ ਨੇ ਬਲੋਡੀਮੀਰ ਜੇਲੇਨਸਕੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਐਮ ਬੀ ਰਾਮ ਪ੍ਰਸ਼ਾਦ ਬਿਸਮਿਲ ਗੰਗਾ ਤੋਂ ਕਿਸ ਨਦੀ ਤੱਕ ਜਾਣ ਵਾਲਾ ਹੁਣ ਤੱਕ ਦਾ ਸਭ ਤੋਂ ਲੰਬਾ ਜਹਾਜ਼ ਬਣ ਗਿਆ ਹੈ ਹਾਂਜੀ ਐਮਬੀ ਰਾਮ ਪ੍ਰਸ਼ਾਦ ਬਿਸਮਿਲ ਗੰਗਾ ਤੋਂ ਬ੍ਰਹਮਪੁੱਤਰਾ ਨਦੀ ਤੱਕ ਜਾਣ ਵਾਲਾ ਹੁਣ ਤੱਕ ਦਾ ਸਭ ਤੋਂ ਲੰਬਾ ਜਹਾਜ਼ ਬਣ ਗਿਆ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਆ ਨੈਕਸਟ ਕੁਐਸਚਨ ਕਰਦੇ ਆ ਜੇ ਅਸੀਂ ਐਫ ਸੇਫ ਅੰਡਰ ਹਾਂਜੀ ਸੇਫ ਅੰਡਰ 18 सेफ अंडर 18 ਮਹਿਲਾ ਚੈਂਪੀਅਨਸ਼ਿਪ 2022 ਕਿੱਥੇ ਆਯੋਜਿਤ ਕੀਤੀ ਗਈ ਆ ਹਾਂਜੀ ਪਹਿਲਾਂ ਤਾਂ ਤੁਸੀਂ ਸੇਫ ਇਹਦੀ ਫੁੱਲ ਫਾਰਮ ਦੇਖੋ ਸਾਊਥ ਏਸ਼ੀਆ ਫੁੱਟਬਾਲ ਫੈਡਰੇਸ਼ਨ ਝਾਰਖੰਡ ਦੇ ਜੈਸ ਜਮਸ਼ੇਰਪੁਰ ਦੇ ਵਿੱਚ ਆਯੋਜਿਤ ਕੀਤੀ ਜਾਵੇਗੀ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਆ ਠੀਕ ਹੈ ਝਾਰਖੰਡ ਦੇ ਜਮਸ਼ੇਰਪੁਰ ਦੇ ਵਿੱਚ ਆਯੋਜਿਤ ਕੀਤੀ ਜਾਵੇਗੀ ਇਹ ਇੱਕ ਫੁੱਟਬਾਲ ਪ੍ਰਤੀਯੋਗਤਾ ਵਾਂ ਸੇਫ ਜਿਹਦਾ ਜਿਹਦੀ ਫੁੱਲ ਫਾਰਮ ਆ ਸਾਊਥ ਏਸ਼ੀਆ ਫੁੱਟਬਾਲ ਫੈਡਰੇਸ਼ਨ ਇਹਦੀ ਸਥਾਪਨਾ ਕਦੋਂ ਹੋਈ ਸੀ 1997 ਦੇ ਵਿੱਚ ਇਹਦਾ ਹੈੱਡ ਕੁਆਰਟਰ ਕਿੱਥੇ ਆ ਡਾਕਾ ਦੇ ਵਿੱਚ ਬੰਗਲਾਦੇਸ਼ ਦੀ ਕੈਪੀਟਲ ਆ ਡਾਕਾ ਇੱਥੇ ਇਹਦਾ ਇੱਥੋਂ ਦੇ ਇਹਦੇ ਜਿਹੜੇ ਪ੍ਰੈਜ਼ੀਡੈਂਟ ਕੌਣ ਆ ਕਾਜ਼ੀ ਮਲਾਉਦੀਨ ਹੁਣ ਇਹ ਝਾਰਖੰਡ ਦੇ ਵਿੱਚ ਹੋ ਯੋਜਿਤ ਕੀਤੀ ਜਾਵੇਗੀ ਤਾਂ ਝਾਰਖੰਡ ਦੀ ਕੈਪੀਟਲ ਕੀ ਆ ਹਾਂਜੀ ਝਾਰਖੰਡ ਦੀ ਕੈਪੀਟਲ ਆ ਰਾਂਚੀ ਇਤੋਂ ਦੇ ਚੀਫ ਮਿਨਿਸਟਰ ਕੌਣ ਨੇ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦੇਣੀ ਹੈ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਾਂ ਨੂੰ ਇਤੋਂ ਦੇ ਚੀਫ ਮਿਨਿਸਟਰ ਹੈ ਹਮੰਤ ਸੋਰੇਨ ਇਤੋਂ ਦੇ ਗਵਰਨਰ ਹੈ ਰਮੇਸ਼ ਬੈਂਸ ਛਾਰਖੰਡ ਦੇ ਵਿੱਚ ਸਰਹੋਲ ਅਤੇ ਰੋਹਣੀ ਤਿਹਾਰ ਮਨਾਏ ਜਾਂਦੇ ਆ ਨਿਲੰਬਰ ਪਿਕੰਬਰ ਜਾਲ ਸਮ੍ਰiddhi ਯੋਜਨਾ ਛਾਰਖੰਡ ਦੇ ਵਿੱਚ ਸ਼ੁਰੂ ਹੋਈ ਆ ਛਾਰਖੰਡ ਦੀ ਸੁਰੋਹੀ ਆਰਟ ਨੂੰ ਜੀਆਈ ਟੈਗ ਮਿਲਿਆ ਵਿਰਸਾ ਹਰਿਤ ਗ੍ਰਾਮ ਯੋਜਨਾ ਝਾਰਖੰਡ ਦੇ ਵਿੱਚ ਸ਼ੁਰੂ ਹੋਈ ਝਾਰਖੰਡ ਦੇ ਵਿੱਚ ਪਾਰਸਨਾਥ ਵਾਈਲਡਲਾਈਫ ਸੈਂਚਰੀ ਆ ਹਾਜ਼ਿਰਬਾਗ ਵਾਈਲਡਲਾਈਫ ਸੈਂਚਰੀ ਆ ਡਲਮਾ ਵਾਈਲਡਲਾਈਫ ਸੈਂਚਰੀ ਆ ਕੋਡਰਮਾ ਵਾਈਲਡਲਾਈਫ ਸੈਂਚਰੀ ਆ ਪਲਾਮੂ ਵਾਈਲਡਲਾਈਫ ਸੈਂਚਰੀ ਆ ਪਲਕੋਟ ਵਾਈਲਡਲਾਈਫ ਸੈਂਚਰੀ ਆ ਝਾਰਖੰਡ ਦੇ ਵਿੱਚ ਬੈਤਲਾ ਨੈਸ਼ਨਲ ਪਾਰਕ ਆ ਝਾਰਖੰਡ ਦੀ ਗਵਰਨਮੈਂਟ ਨੇ ਭੀੜ ਹਿੰਸਾ ਤੇ ਲਿਚਿੰਗ ਨੂੰ ਰੋਕਣ ਦੇ ਲਈ ਇੱਕ ਬਿੱਲ ਪਾਸ ਕੀਤਾ ਠੀਕ ਹੈ ਮੱਖ ਮੰਤਰੀ ਨੇ ਨੌਜਵਾਨਾਂ ਦੇ ਵਿੱਚ ਖੇਡਾਂ ਦਾ ਉਤਸ਼ਾਹ ਪੈਦਾ ਕਰਨ ਦੇ ਲਈ ਸਹਾਈ ਯੋਜਨਾ ਸ਼ੁਰੂ ਕੀਤੀ ਚਾਰਖੰਡ ਦੇ ਵਿੱਚ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਕਰਦੇ ਹਾਂ ਜੀ ਅਸੀਂ ਨਿਤਿਨ ਗੜਕਰੀ ਦੁਆਰਾ ਭਾਰਤ ਵਿੱਚ ਕਿਹੜੀ ਦੁਨੀਆ ਦੀ ਉਨਤ ਤਕਨੀਕ ਵਿਕਸਿਤ ਗ੍ਰੀਨ ਹਾਈਡਰੋਜਨ ਫਿਊਲ ਸੈੱਲ ਇਲੈਕਟ੍ਰਿਕ ਵਾਹਨ ਲਾਂਚ ਕੀਤੀ ਗਈ ਹੈ ਪਹਿਲਾਂ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹ ਜ਼ਰੂਰ ਲਿਖਣਾ ਕਿ ਨਿਤਿਨ ਗੜਕਰੀ ਸਾਡੇ ਕਿਸ ਮੰਤਰਾਲੇ ਦੇ ਮੰਤਰੀ ਆ ਠੀਕ ਹੈ ਤੇ ਹੁਣ ਇਹਨਾਂ ਨੇ ਭਾਰਤ ਦੇ ਵਿੱਚ ਟੋਇਟਾ ਹਾਂਜੀ ਟੋਇਟਾ ਮਿਰਾਈ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਆ ਟੋਇਟਾ ਮਿਰਾਈ ਦੁਨੀਆ ਦੀ ਉਨਤ ਤਕਨੀਕ ਵਿਕਸਿਤ ਗ੍ਰੀਨ ਹਾਈਡਰੋਜਨ ਫਿਊਲ ਸੈੱਲ ਇਲੈਕਟ੍ਰਿਕ ਇਲੈਕਟ੍ਰਿਕ ਵਾਹਨ ਲਾਂਚ ਕੀਤੀ ਆ ਠੀਕ ਹੈ ਨੈਕਸਟ ਕੁਐਸਚਨ ਅਸੀਂ ਕਰਦੇ ਆ ਜੀ ਵਿਸ਼ਵ ਚਿੜੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਹਾਂਜੀ ਵਿਸ਼ਵ ਚਿੜੀ ਦਿਵਸ 2 ਮਾਰਚ ਨੂੰ ਵਰਲਡ ਸਪੈਰੋ ਡੇ 20 ਮਾਰਚ ਨੂੰ ਮਨਾਇਆ ਜਾਂਦਾ ਹੈ ਆਪਸ਼ਨ ਨੰਬਰ ਬੀ ਇਸ ਕੁਸ਼ਨ ਦਾ ਰਾਈਟ ਆਨਸਰ ਆ ਹੁਣ ਇਹ ਮਨਾਇਆ ਕਿਉਂ ਜਾਂਦਾ ਵਾ ਸਪੈਰੋ ਦੀ ਰੱਖਿਆ ਦੇ ਲਈ ਜਾਗਰੂਕਤਾ ਵਧਾਉਣ ਦੇ ਲਈ ਹਰ ਸਾਲ 20 ਮਾਰਚ ਨੂੰ ਵਰਲਡ ਸਪੈਰੋ ਡੇ ਮਨਾਇਆ ਜਾਂਦਾ ਵਾ ਇਸ ਦੀ ਸ਼ੁਰੂਆਤ ਨੇਚਰ ਫੋਰਐਵਰ ਸੁਸਾਇਟੀ ਆਫ ਇੰਡੀਆ ਨੇ ਫਰਾਂਸ ਦੇ ਇਕੋਸਿਸ ਐਕਸ਼ਨ ਫੈਡਰੇਸ਼ਨ ਦੇ ਨਾਲ ਮਿਲ ਕੇ ਕੀਤੀ ਸੀ ਤੇ ਇਸ ਵਾਰ ਜਿਹੜਾ ਸਪੈਰੋ ਡੇ ਮਨਾਇਆ ਗਿਆ ਉਹਦੀ ਥੀਮ ਕੀ ਆ ਆਈ ਲਵ ਸਪੈਰੋ ਠੀਕ ਹੈ ਤੇ 20 ਮਾਰਚ ਨੂੰ ਹੀ ਖੁਸ਼ੀ ਦਿਵਸ ਮਨਾਇਆ ਗਿਆ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਕਿਹੜੇ ਦੇਸ਼ ਨੇ ਅਗਲੇ 5 ਸਾਲਾਂ ਵਿੱਚ ਭਾਰਤ ਦੇ ਵਿੱਚ ਹਾਂਜੀ ਕਿਹੜੇ ਦੇਸ਼ ਨੇ ਭਾਰਤ ਵਿੱਚ 320000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ ਜਾਪਾਨ ਜਾਪਾਨ ਦੇਸ਼ ਨੇ ਭਾਰਤ ਦੇ ਵਿੱਚ ਅਗਲੇ 5 ਸਾਲਾਂ ਤੱਕ 320000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਭਾਰਤ ਨੂੰ ਵਰਚੁਅਲ ਸਮਾਰਟ ਗ੍ਰਿਡ ਗਿਆਨ ਕੇਂਦਰ ਕਿੱਥੇ ਮਿਲਿਆ ਹੈ ਹਾਂਜੀ ਭਾਰਤ ਨੂੰ ਵਰਚੁਅਲ ਸਮਾਰਟ ਗ੍ਰਿਡ ਗਿਆਨ ਕੇਂਦਰ ਮਾਨੇਸਰ ਵਿੱਚ ਮਿਲੇ ਆਏ ਜਾਨੀ ਕਿ ਹਰਿਆਣਾ ਦੇ ਮਾਨੇਸਰ ਵਿੱਚ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਹਾਂਜੀ ਹੁਣੇ ਹਰਿਆਣਾ ਦੇ ਮਾਨੇਸਰ ਦੇ ਵਿੱਚ ਮਿਲੇ ਆਏ ਤਾਂ ਅਸੀਂ ਦੇਖ ਲੈਨੇ ਆ ਹਰਿਆਣਾ ਹਾਂਜੀ ਹਰਿਆਣਾ ਹਰਿਆਣਾ ਦੀ ਕੈਪੀਟਲ ਕੀ ਆ ਹਰਿਆਣਾ ਦੇ ਨਾਲ ਰਿਲੇਟਡ ਇੰਪੋਰਟੈਂਟ ਫੈਕਟ ਅਸੀਂ ਕਰ ਲੈਨੇ ਆ ਕਿਉਂਕਿ ਕਾਫੀ ਟਾਈਮ ਹੋ ਗਿਆ ਅਸੀਂ ਹਰਿਆਣਾ ਨਾਲ ਰਿਲੇਟਡ ਕੋਈ ਵੀ ਕੁਐਸਚਨ ਨਹੀਂ ਕੀਤਾ ਹਾਂਜੀ ਭਾਰਤ ਨੂੰ ਵਰਚੁਅਲ ਸਮਾਰਟ ਗ੍ਰਿਡ ਗਿਆਨ ਕੇਂਦਰ ਹੁਣ ਹਰਿਆਣਾ ਦੇ ਵਿੱਚ ਮਿਲਿਆ ਤਾਂ ਹਰਿਆਣਾ ਦੀ ਕੈਪੀਟਲ ਕੀ ਹੈ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਮਨੋਹਰ ਲਾਲ ਖੱਟਰ ਤੇ ਇੱਥੋਂ ਦੇ ਗਵਰਨਰ ਕੌਣ ਨੇ ਬੰਡਾਰੂ ਤੰਤਾਤਰੀ ਹਰਿਆਣਾ ਦੇ ਚੀਫ ਮਿਨਿਸਟਰ ਨੇ ਰੀਸੈਂਟਲੀ ਹਰਿਆਣਾ ਕੌਸਲ ਰੋਜ਼ਗਾਰ ਨਿਗਮ ਵੈਬ ਪੋਰਟਲ ਲਾਂਚ ਕੀਤਾ ਪ੍ਰਸ਼ਾਂਤ ਕੁਮਾਰ ਅਗਰਵਾਲ ਹਰਿਆਣਾ ਦੇ ਨਵੇਂ ਡੀਜੀਪੀ ਬਣੇ ਹਵਾਈ ਟੈਕਸੀ ਸੇਵਾ ਦੀ ਸ਼ੁਰੂਆਤ ਹਰਿਆਣਾ ਦੇ ਵਿੱਚ ਹੋਈ ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਹਰਿਆਣਾ ਦੇ ਵਿੱਚ ਸ਼ੁਰੂ ਹੋਈ ਹਰਿਆਣਾ ਦੇ ਵਿੱਚ ਗੋਰਖ ਧੰਦਸ਼ ਸ਼ਬਦ ਦੇ ਇਸਤੇਮਾਲ ਦੇ ਉੱਪਰ ਪ੍ਰਤੀਬੰਧ ਲਗਾ ਦਿੱਤਾ ਹੋਇਆ ਹੈ ਹਰਿਆਣਾ ਦੇ ਵਿੱਚ ਇੱਕ ਹਵਾਈ ਅੱਡਾ ਬਣ ਰਿਹਾ ਜਿਹੜਾ ਕਿ 2023 ਤੱਕ ਬਣ ਕੇ ਤਿਆਰ ਹੋਵੇਗਾ ਇਸ ਦਾ ਨਾਮ ਮਹਾਰਾਜਾ ਅਗਰਸੈਨ ਦੇ ਨਾਮ ਉੱਤੇ ਰੱਖਣ ਦੀ ਕੋਸ਼ਿਸ਼ਾ ਹੋ ਚੁੱਕੀ ਆ ਹਰੀ ਹਿੱਤ ਸਟੋਰੀ ਯੋਜਨਾ ਹਰਿਆਣਾ ਦੇ ਵਿੱਚ ਸ਼ੁਰੂ ਹੋਈ ਆ ਕਾਲੇਸ਼ਵਰ ਨੈਸ਼ਨਲ ਪਾਰਕ ਹਰਿਆਣਾ ਦੇ ਵਿੱਚ ਆ ਸੁਲਤਾਨਪੁਰ ਨੈਸ਼ਨਲ ਪਾਰਕ ਵੀ ਹਰਿਆਣਾ ਦੇ ਵਿੱਚ ਆ ਖੁੱਲੀ ਰੇਤਨ ਵਾਈਲਡਲਾਈਫ ਸੈਂਚਰੀ ਹਰਿਆਣਾ ਦੇ ਵਿੱਚ ਵਿੱਚ ਆ ਵੀਰ ਸ਼ਿਕਾਰਗੜ ਵਾਈਲਡਲਾਈਫ ਸੈਂਚਰੀ ਹਰਿਆਣਾ ਦੇ ਵਿੱਚ ਆ ਨਾਹਰ ਵਾਈਲਡਲਾਈਫ ਸੈਂਚਰੀ ਹਰਿਆਣਾ ਦੇ ਵਿੱਚ ਆ ਚਿਲਚਿਲਾ ਵਾਈਲਡਲਾਈਫ ਸੈਂਚਰੀ ਹਰਿਆਣਾ ਦੇ ਵਿੱਚ ਆ ਖਫਰਵਾਸ ਵਾਈਲਡਲਾਈਫ ਸੈਂਚਰੀ ਵੀ ਹਰਿਆਣਾ ਦੇ ਵਿੱਚ ਆ ਨੈਕਸਟ ਕੁਐਸਚਨ ਕਰਦੇ ਆ ਜੀ ਅਸੀਂ ਹਾਂਜੀ ਇੱਕ ਹਰੂਨ ਗਲੋਬਲ ਰਿਚ ਲਿਸਟ ਕੱਢੀ ਗਈ ਆ ਤੇ ਉਹਦੇ ਵਿੱਚ ਸਿਖਰ ਤੇ ਕੌਣ ਆ? ਹਾਂਜੀ ਇਸ ਦੇ ਵਿੱਚ ਸਿਖਰ ਤੇ ਆ ਐਲਾਨ ਮਸਕ অপਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਂਸਰ ਆ। ਜਾਨੀ ਕਿ ਸਭ ਤੋਂ ਧਨੀ ਵਿਅਕਤੀ ਕੌਣ ਆ ਠੀਕ ਹੈ ਤੇ ਸਭ ਤੋਂ ਧਨੀ ਵਿਅਤੀ ਬਣ ਗਏ ਨੇ ਐਲਾਨ ਮਸਕ। ਸੈਕਿੰਡ ਤੇ ਕੌਣ ਆ ਜੈਫ ਬੇਜੋਸ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸ਼ਨ ਕਰਦੇ ਆ ਜੀ ਅਸੀਂ। ਸੋਲੀ ਸੋਰਾਵਜੀ ਦੀ ਜੀਵਨੀ ਸੋਲੀ ਸੋਰਾਵਜੀ ਲਾਈਫ ਐਂਡ ਟਾਈਮ ਕਿਸ ਨੇ ਲਿਖੀ ਆ ਹਾਂਜੀ ਇੱਕ ਜੀਵਨੀ ਲਿਖੀ ਗਈ ਆ ਸੋਲੀ ਸੋਰਾਵਜੀ ਦੀ ਤੇ ਜਿਹਦਾ ਨਾਮ ਆ ਸੋਲੀ ਸੋਰਾਵਜੀ ਲਾਈਫ ਐਂਡ ਟਾਈਮ ਇਸ ਨੂੰ ਲਿਖਿਆ ਵਾ ਅਮੀਨਵ ਚੰਦਰ ਜੋਤ ਨੇ ਆਪਸ਼ਨ ਨੰਬਰ ਸੌਰੀ ਮੈਂ ਜੋਤ ਬੋਲਦਾ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਅਮੀਨਮ ਚੰਦਰ ਚੂਦ ਠੀਕ ਹੈ ਇਹਨਾਂ ਨੇ ਲਿਖੀ ਹੈ ਇਹ ਤੇ ਇਹ ਤੁਸੀਂ ਰਾਈਟਰ ਦਾ ਨਾਮ ਵੀ ਯਾਦ ਰੱਖਣਾ ਹੁੰਦਾ ਤੇ ਬੁੱਕਸ ਦਾ ਨਾਮ ਵੀ ਕਿਉਂਕਿ ਇਹ ਇੰਪੋਰਟੈਂਟ ਆ ਇੱਕ ਕੁਐਸਚਨ ਤੁਹਾਨੂੰ ਪੱਕਾ ਮਿਲਦਾ ਹੀ ਮਿਲਦਾ ਵਾ ਐਗਜ਼ਾਮ ਦੇ ਵਿੱਚ ਇਸਦੇ ਨਾਲ ਰਿਲੇਟਡ ਇੱਕ ਰੀਸੈਂਟਲੀ ਮੈਂ ਤੁਹਾਨੂੰ ਕਰਵਾਇਆ ਸੀ ਦਾ ਗ੍ਰੇਟ ਟੇਕ ਗੇਮ ਇਸ ਨੂੰ ਲਿਖਿਆ ਅਨਿਰuddh ਸੂਰੀ ਨੇ ਇੱਕ ਬੁੱਕ ਦਾ ਨਾਮ ਆ ਉਡਾਨ ਇੱਕ ਮਜ਼ਦੂਰ ਬੱਚੇ ਦੀ ਇਸ ਨੂੰ ਲਿਖਿਆ ਮਿੱਕਲਸ ਦਿਵਾੜੀ ਨੇ ਇੱਕ ਬੁੱਕ ਜਿਸ ਦਾ ਨਾਮ ਆ ਨੇਸ਼ਨ ਟੂ ਪ੍ਰੋਡੈਕਟ ਇਸ ਬੁੱਕ ਨੂੰ ਲਿਖਿਆ ਪ੍ਰਿਆਮ ਮੋਗੰਦੀ ਮੋਦੀ ਨੇ ਇੱਕ ਬੁੱਕਾ ਅਟੱਲ ਬਿਹਾਰੀ ਬਾਸਪਈ ਇਸ ਨੂੰ ਲਿਖਿਆ ਸਾਗਰੀਕਾ ਕੋਸ਼ ਨੇ ਇੱਕ ਬੁੱਕਾ ਅ ਲਿਟਲ ਬੋਏ ਆਫ ਇੰਡੀਆ ਇਸ ਨੂੰ ਲਿਖ ਇਸ ਨੂੰ ਲਿਖਿਆ ਰਾਸਕਿਨ ਬੌਂਡ ਨੇ ਇੱਕ ਬੁੱਕਾ ਗਾਂਧੀ ਦੇ ਹਥਿਆਰੇ ਦਾ ਮੇਕਿੰਗ ਆਫ ਨਾਥੂਰਾਮ ਹਿਸ ਆਈਡੀਆ ਆਫ ਇੰਡੀਆ ਇਸ ਨੂੰ ਲਿਖਿਆ ਤ੍ਰਿੰਦਰ ਕੇ ਚਾਣੀ ਇੱਕ ਬੁੱਕਾ ਮਮਤਾ ਬਿਯੋਂਡ 2021 ਇਸ ਬੁੱਕ ਨੂੰ ਲਿਖਿਆ ਜਯੰਤ ਕੋਸ਼ ਨੇ ਇੱਕ ਬੁੱਕਾ ਬੈਚੂਲਰ ਡੈਡ ਇਸ ਬੁੱਕ ਨੂੰ ਲਿਖਿਆ तुषार कपूर ਨੇ ਇੱਕ ਬੁੱਕ ਆ ਪਬਲਿਕ ਸਰਵਿਸ ਅਥੀਕਸ ਫੇਸਬੁੱਕ ਨੂੰ ਲਿਖਿਆ ਪ੍ਰਭਾਤ ਕੁਮਾਰ ਨੇ ਇੱਕ ਬੁੱਕ ਆ ਕੁਕਿੰਗ ਟੂ ਸੇਵ ਯੂਅਰ ਲਾਈਫ ਇਸ ਬੁੱਕ ਨੂੰ ਲਿਖਿਆ ਬੀਜੀਤ ਬੈਨਰਜੀ ਨੇ ਇੱਕ ਨੋਵਲ ਆ ਹੁਸੈਨ ਜੈਦੀ ਦਾ ਜਿਹਦਾ ਨਾਮ ਆ ਦਾ ਐਂਡ ਗੇਮ ਇੱਕ ਬੁੱਕ ਆ ਔਰੀਐਂਟਿੰਗ ਐਨ ਇੰਡੀਅਨ ਇਨ ਜਪਾਨ ਇਸ ਬੁੱਕ ਨੂੰ ਲਿਖਿਆ ਬਲਬੀ ਅਯਰ ਨੇ ਇੱਕ ਬੁੱਕ ਆ ਹਾਓ ਦਾ ਆਰਥ ਗਾਟ ਇਟਸ ਬਿਊਟੀ ਇਸ ਬੁੱਕ ਨੂੰ ਲਿਖਿਆ ਇੰਫੋਸਿਸ ਦੀ ਸੁਦਾ ਮੂਰਤੀ ਨੇ ਇੱਕ ਬੁੱਕਾ ਨਹਿਰੂ ਦਾ ਡਿਬੈਟਸ ਦੈਟ ਡਿਫਾਈਨਡ ਇਨ ਇੰਡੀਆ ਇਸ ਬੁੱਕ ਨੂੰ ਲਿਖਿਆ ਤ੍ਰਿਪੁਰਦਮਨ ਅਤੇ ਅਦਿਲ ਹੁਸੈਨ ਨੇ ਮਿਲ ਕੇ ਇੱਕ ਬੁੱਕਾ ਮਾਡਰਨ ਇੰਡੀਆ ਨਾਮ ਦੀ ਇਸ ਬੁੱਕ ਨੂੰ ਲਿਖਿਆ ਵਾ ਹਰਿਆਣਾ ਦੇ ਚੀਫ ਮਿਨਿਸਟਰ ਨੇ ਲਾਂਚ ਕੀਤੀ ਹੈ ਲਿਖਿਆ ਪੂਨਮ ਦਲਾਲ ਦਈਆ ਨੇ ਆ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ